जी आया नू प्यारे विद्यार्थियों, सतवीं जमात की गणित की किताब का पाठ नंबर तीजा अंकड़िया का प्रबंधन, उसका अभ्यास 3.3 ते अगले ते आखिरी 3 सवाल तीजा चौथा ते पंजवां इस वीडियो च करन जा रहे हाँ। सो तुसी नोटबुक ते पेन लैके सारे हल उतार लो अपनी नोटबुक विच। वीडियो नू बड़े ध्यान दे नाल सुनो ते देखो, सारी गल नू समझो ते फिर बाद विचों सारे सवालों नू बिना देखे अपने आप जरूर करो। सवाल शुरू करिए। सो तीजा सवाल कहिंदा एक स्कूल दे 6वीं अते 7वीं जमात दे 200 विद्यार्थी, अर्थात जिले अंकां नू ए संख्या नू जोड़ांगे ते बच्चे साडे कोल 200 आएगा। देखो 4 जमा 9 13 जमा 5 18 जमा 9 27 और 3 30, 3 हासिल हो गया। ते हासिल नू इहदे विच पहले जोड़ लिया 3 और 3 6, 6 और 4 10 और 5 15, 15 और 1 16, 16 और 4 20। सो 200 बच्चे ए बनते ने 6वीं अते 7वीं जमात दे। ਨੂੰ ਆਪਣੇ ਮਨਪਸੰਦ ਦਾ ਰੰਗ ਦਾ ਨਾਂ ਦੱਸਣ ਲਈ ਕਿਹਾ ਗਿਆ। ਇਹ ਦੱਸੋ ਇੱਕ ਵੋਟਾਂ ਵਾਲੀ ਵੀ ਤੁਸੀਂ ਆਪਣਾ ਮਨਪਸੰਦ ਰੰਗ ਦੱਸੋ ਤਾਂ ਜੋ ਸਕੂਲ ਦੀ ਇਮਾਰਤ ਤੇ ਕੀਤੇ ਨੂੰ ਕੀਤੇ ਜਾਣ ਵਾਲੇ ਰੰਗ ਬਾਰੇ ਫੈਸਲਾ ਲਿਆ ਜਾ ਸਕੇ। ਇਸ ਦਾ ਨਤੀਜਾ ਹੇਠਾਂ ਸਾਰਣੀ ਵਿੱਚ ਦਰਸਾਇਆ ਗਿਆ ਹੈ। ਸੋ ਇਹ ਬੱਚੋ ਸਾਰਣੀ ਹੈਗੀ ਇਹ ਮਨਪਸੰਦ ਰੰਗ ਹੈਗੇ ਨੇ ਆਪਣੇ ਤੇ ਵਿਦਿਆਰਥੀਆਂ ਦੀ ਗਿਣਤੀ 43 ਨੇ ਕਿਹਾ ਲਾਲ, 19 ਨੇ ਕਿਹਾ ਹਰਾ, 55 ਨੇ ਕਿਹਾ ਨੀਲਾ, 49 ਨੇ ਕਿਹਾ ਪੀਲਾ ਤੇ 34 ਨੇ ਕਿਹਾ ਨਾਰੰਗੀ, ਜਿਹੜਾ ਸੰਤਰੀ ਰੰਗ ਹੁੰਦਾ ਹੈ। ਨਾਰੰਗੀ ਕਹਿ ਦਿੰਦੇ, ਸੰਤਰੀ ਕਹਿ ਦਿੰਦੇ ਆ। ਕਹਿੰਦੇ ਇਹ ਰੰਗ ਸਾਨੂੰ ਪਸੰਦ ਹੈ ਜੀ। ਤੇ ਫਿਰ ਕਹਿੰਦੇ ਹੁਣ ਸਵਾਲ, ਕਹਿੰਦੇ ਹੁਣ ਕੀ ਹੈ, ਕਹਿੰਦੇ ਦਿੱਤੇ ਅੰਕੜਿਆਂ ਨੂੰ ਛੜ ਗ੍ਰਾਫ ਰਾਹੀਂ ਦਰਸਾਓ, ਅਰਥਾਤ ਇਹ ਸਾਰਣੀ ਨੂੰ ਤੁਸੀਂ ਛੜ ਗ੍ਰਾਫ ਰਾਹੀਂ ਦਰਸਾਓ ਇਹ ਗੱਲਾਂ ਨੂੰ, ਤੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾ ਕਿਹੜਾ ਰੰਗ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ, ਤੇ ਦੂਜਾ ਸਵਾਲ ਕਿਹੜਾ ਰੰਗ ਸਭ ਤੋਂ ਘੱਟ ਪਸੰਦ ਕੀਤਾ ਜਾਂਦਾ ਹੈ, ਤੇ ਤੀਜਾ ਕੁੱਲ ਕਿੰਨੇ ਰੰਗ ਹਨ ਅਤੇ ਕਿਹੜੇ ਕਿਹੜੇ। ਉਹ ਕਰ ਲੈਂਦੇ ਹਾਂ, ਬੜਾ ਸੌਖਾ ਜੀ ਅਤੇ। ਸੋ ਬੱਚਿਓ ਇੱਥੇ ਅਸੀਂ ਇਹ ਬਣਾ ਲਿਆ ਖੜਵੀਂ ਰੇਖਾ, ਇਹ ਲੇਟਵੀਂ ਰੇਖਾ, ਇੱਥੇ ਤੀਰ ਦਾ ਨਿਸ਼ਾਨ ਬਣਾਤਾ, ਇੱਥੇ ਤੀਰ ਦਾ ਨਿਸ਼ਾਨ ਬਣਾਤਾ। ਸਕੇਲ ਅਸੀਂ ਲੈ ਲਿਆ 1 ਇਕਾਈ ਬਰਾਬਰ 10 ਵਿਦਿਆਰਥੀ। ਸੋ ਮੈਂ 1 1 ਸੈਂਟੀਮੀਟਰ ਜਾਂ 1 1 ਡੱਬੇ ਨੂੰ ਇੱਦਾਂ ਲਾ ਲਿਆ ਨਿਸ਼ਾਨ। ਇਹ 10 ਵਿਦਿਆਰਥੀ, ਇੱਥੇ 20, 30, 40, 50, 60, ਕਿਉਂਕਿ ਵਿਦਿਆਰਥੀਆਂ ਨੇ ਜਿਹੜੀ ਗਿਣਤੀ ਦੱਸੀ ਹੈ ਵੀ ਪਸੰਦ ਦੀ, ਉਹ 60 ਤੋਂ ਥੱਲੇ ਥੱਲੇ ਹੀ ਨੇ, ਠੀਕ ਹੈ ਨਾ। 55 ਸਭ ਤੋਂ ਵੱਡੇ, ਜ਼ਿਆਦਾ ਨੀਲੇ ਰੰਗ ਨੂੰ 55 ਪਸੰਦ ਕੀਤਾ ਹੈ ਨਾ। ਸਭ ਤੋਂ ਵੱਡੀ ਸੰਖਿਆ 55 ਸੀ ਅਤੇ ਸਭ ਤੋਂ ਛੋਟੀ 19 ਸੀ, ਇਹ ਦੇਖੋ ਇਹ 19 ਸੀ, ਠੀਕ ਹੈ। ਸੋ ਇਹਦੇ ਵਿੱਚ ਆ ਗਿਆ ਸਾਡਾ, ਇੰਨਾ ਸਕੇਲ ਅਸੀਂ ਲੈ ਲਿਆ ਅਤੇ ਅਸੀਂ ਇਹ ਡੱਬੇ ਬਣਾ ਲਏ ਇੱਦਾਂ ਲੈ ਕੇ। ਇੱਥੋਂ ਤੁਸੀਂ ਇਹ ਵਿੱਥ ਜਿਹੜੀ ਹੈ ਬੱਚੋ ਇੱਕੋ ਜਿਹੀ ਰੱਖਣੀ ਹੈ। ਮੈਂ 5 5 ਮਿਲੀਮੀਟਰ ਦੀ ਲਈ ਹੈ, 5 ਮਿਲੀਮੀਟਰ ਦੀ ਵਿੱਥ ਲਈ ਹੈ ਅਤੇ 5 ਮਿਲੀਮੀਟਰ ਦੀ ਚੌੜਾਈ ਲਈ ਹੈ ਇਹ ਛੜਾਂ ਵਾਸਤੇ। ਉਹ ਚੌੜਾਈ ਤੁਸੀਂ 6 ਮਿਲੀਮੀਟਰ ਵੀ ਕਰ ਸਕਦੇ ਹੋ, 5 ਮਿਲੀਮੀਟਰ ਠੀਕ ਹੈਗੀ ਹੈ। ਵਿੱਥ ਹੈਗੀ ਹੈ ਉਹਨੂੰ ਤੁਸੀਂ 6 ਮਿਲੀਮੀਟਰ ਕਰ ਦਿਓ, 7 ਮਿਲੀਮੀਟਰ ਕਰ ਦਿਓ, ਪਰ ਖਿਆਲ ਰੱਖੋ ਕਿ ਵਿੱਥ ਦੀ ਜਿਹੜੀ ਹੈ ਚੌੜਾਈ ਹੈ ਬਰਾਬਰ ਰਹੇ ਅਤੇ ਛੜਾਂ ਦੀ ਚੌੜਾਈ ਵੀ ਬਰਾਬਰ ਰਹੇ ਜਿਹੜੀ ਚੁਣਨੀ ਹੈ ਤੁਸੀਂ। ਸੋ ਮੈਂ ਸੌਖਾ ਤਰੀਕਾ ਕੀ ਕੀਤਾ, ਇੱਥੇ ਫੁੱਟਾ ਰੱਖ ਕੇ ਅੱਧੇ ਅੱਧੇ ਸੈਂਟੀਮੀਟਰ ਦੇ ਨਿਸ਼ਾਨ ਲਾਤੇ, ਅੱਧੇ ਅੱਧੇ ਸੈਂਟੀਮੀਟਰ ਦੇ, ਅੱਧੇ ਅੱਧੇ। ਸੋ ਅੱਧਾ ਅੱਧਾ ਸੈਂਟੀਮੀਟਰ ਛੱਡ ਕੇ ਤੁਸੀਂ ਛੜ ਬਣਾਉਣਾ, ਠੀਕ ਹੈ ਬੱਚਿਓ। ਅਤੇ ਇੱਥੇ ਸ਼ੇਡ ਦੇ ਸਕਦੇ ਹੋ, ਅਲੱਗ ਅਲੱਗ ਡਿਜ਼ਾਈਨ ਬਣਾ ਸਕਦੇ ਹੋ, ਕਿਤੇ ਡੋਟ ਡੋਟ ਪਾਤੀ, ਕਿਤੇ ਸ਼ੇਡ ਬਣਾਤਾ, ਕਿਤੇ ਅਤੇ ਨਾਲ ਤੁਸੀਂ ਲਿਖ ਦੇਣਾ ਵੀ ਹੈ ਪੈਨ ਦੇ ਨਾਲ। ਤੁਹਾਡੇ ਕੋਲ ਵੈਸੇ ਕਲਰ ਪੈਨਸਲਾਂ ਵੀ ਹੋਣਗੀਆਂ ਪੇਪਰਾਂ 'ਚ, ਤੇ ਤੁਸੀਂ ਇਹ ਰੰਗ ਦਿਖਾ ਸਕਦੇ ਹੋ। ਸੋ ਇੱਥੇ ਅਸੀਂ ਲਿਖ ਦੇਣਾ ਵਿਦਿਆਰਥੀਆਂ ਦੀ ਗਿਣਤੀ ਅਤੇ ਇੱਥੇ ਲਿਖ ਦੇਣੇ ਨੇ ਰੰਗ। ਅਤੇ ਸਾਨੂੰ ਪਤਾ ਹੈ ਬੱਚਿਓ ਜਿਹੜੇ ਲਾਲ ਰੰਗ ਸੀਗਾ ਇਹ ਸੀਗੇ ਕਰੀਬ ਖਰੇ 43 ਸੀਗੇ, ਮੇਰੇ 49 ਸੀ, ਆਪਣੇ 43 ਸੀ ਖਰੇ, ਹੈ ਨਾ। ਇਹ ਬੱਚਿਆਂ ਨੇ ਪਸੰਦ ਕੀਤਾ ਇੰਨਾ ਸੀ, ਹਾਂ 43 ਸੀਗਾ, ਠੀਕ ਹੈ। ਸੋ ਇੱਥੇ ਅਸੀਂ ਇਹ ਇੰਨਾ 43 ਨਾਪ ਕੇ ਅਸੀਂ ਇੱਥੇ ਇੰਨਾ ਲੰਬਾ ਛੜ ਬਣਾਤਾ। ਹਰੇ ਰੰਗ ਨੂੰ ਪਸੰਦ ਕੀਤਾ ਸੀ 19 ਨੇ, ਸੋ ਅਸੀਂ 19 ਦੇ ਇੱਥੇ ਬਣਾਤਾ। ਨੀਲੇ ਰੰਗ ਨੂੰ 55 ਬੱਚਿਆਂ ਨੇ ਪਸੰਦ ਕੀਤਾ ਸੀਗਾ, ਸੋ 55 ਦੇ ਬਰਾਬਰ ਅਸੀਂ ਇਹ ਲੰਬਾ ਕਰ ਦਿੱਤਾ। ਅਤੇ ਇਹ ਸੀਗਾ ਜਿਹੜਾ 49, 49 ਦੇ ਬਰਾਬਰ ਅਸੀਂ ਕਰ ਦਿੱਤਾ ਪੀਲੇ ਰੰਗ ਨੂੰ। ਅਤੇ ਇਹ ਸੀ 34, ਸੋ 34 ਦੇ ਬਰਾਬਰ ਨਾਪ ਕੇ ਇੱਥੋਂ ਦੀ ਇਹ ਅੱਧ ਹੈਗਾ 35 ਅਤੇ ਅੱਧ ਤੋਂ ਇੱਕ ਛੋਟਾ ਥੱਲੇ ਮਿਲੀਮੀਟਰ ਲੈ ਕੇ, ਕਿਉਂਕਿ ਇਹ ਕਿਉਂਕਿ 1 ਸੈਂਟੀਮੀਟਰ ਨਾ ਬੱਚੇ ਹੋ, ਤਾਂ ਸੋ 1 1 ਮਿਲੀਮੀਟਰ ਦਾ ਤੁਹਾਡਾ ਬਣ ਜਾਏਗਾ। 1 ਮਿਲੀਮੀਟਰ ਦੇ 31, 2 ਅਤੇ 32, 3 ਅਤੇ 33, ਇੱਦਾਂ ਕਰਕੇ, ਠੀਕ ਹੈ। ਸੋ ਇੱਥੇ ਨਾਪ ਕੇ ਇਹ 34 ਬਣ ਗਿਆ, ਇਹ ਨਾਰੰਗੀ। ਹੁਣ ਬੱਚਿਓ ਦੇਖੋ, ਛੜ ਗ੍ਰਾਫ ਦੇਖਦੇ ਹੀ ਸਾਨੂੰ ਪਤਾ ਲੱਗਦਾ, ਕੀ ਪਤਾ ਲੱਗਦਾ, ਕਿ ਨੀਲਾ ਛੜ ਸਭ ਤੋਂ ਉੱਚਾ ਹੈ। ਇਹਦਾ ਮਤਲਬ ਕਿ ਸਭ ਤੋਂ ਵੱਧ ਕਿਹੜਾ ਰੰਗ ਪਸੰਦ ਕੀਤਾ ਜਾਂਦਾ, ਨੀਲਾ ਰੰਗ। ਸੋ ਪਹਿਲਾ ਜਵਾਬ ਆ ਗਿਆ, ਨੀਲਾ ਰੰਗ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਤੇ ਸਭ ਤੋਂ ਛੋਟਾ ਛੜ ਕਿਹੜਾ ਬੱਚਿਓ, ਹਰਾ ਛੜ ਸਭ ਤੋਂ ਛੋਟਾ ਹੈ, ਸਭ ਤੋਂ ਘੱਟ ਵਿਦਿਆਰਥੀ ਨੇ ਇਹਨੂੰ ਪਸੰਦ ਕੀਤਾ ਹੈ, ਸਿਰਫ 19 ਵਿਦਿਆਰਥੀਆਂ ਨੇ। ਸੋ ਹਰਾ ਰੰਗ ਸਭ ਤੋਂ ਘੱਟ ਪਸੰਦ ਕੀਤਾ ਜਾਂਦਾ ਹੈ, ਠੀਕ ਹੈ। ਤੇ ਫਿਰ ਕਹਿੰਦੇ ਕੁੱਲ ਕਿੰਨੇ ਰੰਗ ਨੇ ਤੇ ਕਿਹੜੇ ਕਿਹੜੇ ਨੇ। ਸੋ ਕੁੱਲ 5 ਰੰਗ ਹਨ, 1 2 3 4 5, ਤੇ ਕਿਹੜੇ ਕਿਹੜੇ ਨੇ, ਲਾਲ, ਹਰਾ, ਨੀਲਾ, ਪੀਲਾ ਤੇ ਨਾਰੰਗੀ। ਸੋ ਲਾਲ, ਹਰਾ, ਨੀਲਾ, ਪੀਲਾ ਤੇ ਨਾਰੰਗੀ, ਕਿੰਨਾ ਸੌਖਾ ਹੈ ਬੱਚਿਓ, ਪੂਰੇ ਵਟਾ ਪੂਰੇ ਨੰਬਰ। ਬਸ ਅਸੀਂ ਜੇ ਸਵਾਲ ਨੂੰ ਇੱਕ ਵਾਰੀ ਵੀ ਨਹੀਂ ਦੇਖਿਆ ਹੋਏਗਾ, ਸਮਝਾਂਗੇ, ਤਾਂ ਸਾਨੂੰ ਕਰਨਾ ਨਹੀਂ ਆਏਗਾ, ਪਰ ਜੇ ਇੱਕ ਵਾਰ ਦੇਖ ਲਈਏ ਤਾਂ ਅਸੀਂ ਦੇਖਾਂਗੇ ਯਾਰ ਤਾਂ ਬੜਾ ਹੀ ਸੌਖੇ ਕੰਮ ਹੈਗਾ।
सिर्फ ग्राफ बनाने की प्रैक्टिस तुसी एक बार करनी है, कि फिर पता की होगा जे तुसी कीता नहीं होगा ना बच्चों, फिर तुसी पेपरों में ना संघर्ष ही करते रहोगे, फुट्टा रख दे नाप दे छड़ बनाते, जदों तक तुसी एक अद्धी बार दो तीन बार छड़ ग्राफ अपने आप नहीं बना लिया होएगा, तद तक तुहाडा स्वै भरोसा नहीं बनेगा, तुहाडे च कॉन्फिडेंस नहीं आएगा। हुण स्केल किवें चुनना हैगा, किवें इहनूं निशान लाने ने ते किवें नापना हैगा, यह तो बच्चे अभ्यास के नाल आएगा, तो तुहानूं करके दिखा दिता है, तुहानूं बोल के समझा भी दिता है। हुण तुहाडा फर्ज बनता है कि तुसी यह ग्राफ अपने आप बना के देखना है, तो उहदा मिलान यह जिहड़ा वीडियो ते तुहानूं बना के दिता है, इतना तुसी करना है। ठीक है, आओ अगला सवाल देखिए। हुण अगला सवाल आ गया चौथा, किसे कलोनी विच कीते गए सर्वेक्षण तो प्राप्त हेठ दिते अंकड़िया ते विचार करो। मनपसंद खेड क्रिकेट, बास्केटबॉल, तैराकी, तारियां लानियां, तैराकी, हाकी ते दौड़ा। ठीक है, ते देखना कुछ बंदे देखते ने कुछ हिस्सा लेंदे ने, सो देखने वाले की गिनती 1240, भाग लैण वाले 620, बास्केटबॉल 470, देखने वाले भाग लैण वाले 320, तैराकी 510, भाग देखने वाले 320, भाग लैण वाले, हॉकी च 430, देखने वाले 250, भाग लैण वाले, दौड़ा च 250 देखने वाले ते 110 भाग लैण वाले। ठीक है, हुण कहिंदे इक ढुकवां पैमाना चुन के, ढुकवां पैमाना माने स्केल, सूटेबल स्केल, ढुकवां पैमाना चुन के दोहरा छड़ ग्राफ खिंचो। दोहरा मैंने बच्चे दो गल्लां आ गईयां, क्रिकेट के नाल दो गल्लां आ गईयां, एक छड़ हो जाएगा देखण दा ते दूजा छड़ हो जाएगा भाग लैण दा, इसी तरह बास्केटबॉल च भी हो जाएगा। सो दो छड़ नाल दे नाल बनणगे जोड़ के, एक दर्शाएगा देखना, दूजा दर्शाएगा भाग लेना। ठीक है बच्चों, इहनूं कहिंदे दोहरा छड़ ग्राफ, है छड़ ग्राफ ही पर असीं दोहरा करके बनावांगे, तुहानूं देखोगे जिहड़े पता लग जाएगा। फिर कहिंदे तुसीं छड़ ग्राफ तों की सिट्टा कढ़दे हो। ठीक है, ते कहिड़ी सब तों वध हरमन प्यारी है, खेडां नूं देखणा ज़्यादा पसंद कीता जांदा है जां उहनां विच भाग लेना। ठीक है, आओ देखिए। सो यह देखो बच्चो, यह की कहें, असी बना लिया, खड़वी रेखा बन गई है बड़ी इदा करके, तो यह हो गई बच्चों व्यक्तियों की गिनती। सो मैं एक डब्बे को 200 के बराबर ले लिया ताकि उत्ते उत्ते तक जा सकी। ठीक है ना, क्योंकि जो जोड़ बनता है तो फिर वो 1200 तो उपर भी जा रहे हैं ना बच्चे, जोड़े 1200 देखने वाले गिनती उस तो ज़्यादा भी हैगी है। सो 200, 400, 600, 800, 1000, 1200, 1400। हुण क्रिकेट बच्चों देखने वाले इन्ने, देखो 600 तो उपर कुछ, तो खेडन वाले ए भाग लैन वाले 11, देखो 11 जरा, फिर रंग दसता यह हरा रंग भाग लेना, लाल रंग देखना। ठीक है, सो क्रिकेट में देखो यह आ गई भाग लैन वाले की गिनती, तो लाल हो गई है देखने वाले की गिनती, तो बास्केटबॉल च यह हरा जरा यह देखने वाले की गिनती, यह खेडन वाले की गिनती, तो यह अपना देखने वाले की गिनती। इसी तरह तैराकी में तारियां लैन वाले असल में इन्ने ने, तो देखने वाले इन्ने ने, इसी तरह हाकी में इन्ने है ने अपना खेडन वाले, आप हॉकी खेडन वाले ते हॉकी खेडते हम देखने वाले, इसे दौड़ा आप दौड़ा लाने वाले ते दूजे नूं दौड़दे हम देखने वाले। ठीक है, हुण पहला हैगा बच्चों कि कहिंदे इह पे कि खेड सब तो वध देखी हरमन प्यारी हैगी है, ते बच्चों सब तो वड्डा दोहरा छड़ कहिड़ा हैगा, देखो यही है ना ए लाल ए वाला सब तो वड्डा ए वाला क्रिकेट का दोहरा छड़, जिहड़ा क्रिकेट का देखने वाले की भी गिनती, हरा जिहड़ा सारे हरियां नालों वड्डा है, ते लाल छड़ भी सारे बाकी लाल नालों वड्डा। सो क्रिकेट जिहड़ी खेड है बच्चों वो सब तो वध हरमन प्यारी खेड है, अर्थात इन देखने वाले की इन खेडने वाले की गिनती सब तो ज्यादा है। फिर हम पूछे खेडन देखना ज्यादा पसंद किया जाता है या घट पसंद किया जाता है या खेडना ज्यादा पसंद किया जाता है, तुसी देखते बच्चे भाग लेना हरा रंग दर्शाता है, मतलब लाल रंग देखना दर्शाता है, तो सारिया खेडों के लाल छड़ जड़ा है हरे छड़ नालों उच्चा है, लाल छड़ हरे छड़ नालों वड्डा है। हुण लाल छड़ की देखना, अर्थात देखने वाले की गिनती भाग लैण वाले की गिनती तो ज़्यादा है, अर्थात खेडां नूं वेखना ज़्यादा पसंद किया जाता है, अर्थात लोग साढ़े जिहड़े इंडिया दे ने वो आलसी ने। उन्होंने कहा कि सिट्टा की कढ़दे हो, तो असीं इह सिट्टा कढ़ सकदे हाँ कि साढ़े भारती लोग ज़्यादा रुचि खेडां देखने वाले पासे उन्हां दी हैगी है ते खेडण वाले पासे घट हैगी है, अर्थात वो खेडदिआं नूं खिडारी नूं खेडदे देख के खुश हुंदे ने। इत्थे सिट्टा तुसीं लिख सकदे हो, वैसे यह सिट्टा ही है जो सवाल दूजा सी ना वो जवाब सिट्टा ही है। सो तुसी एक लाइन पा सकते हो कि इधरों दी यह असी सिट्टा कढ़दे हाँ कि साढ़े लोगों के साढ़े समाज के ज़्यादा रुचि खेडों में देखण की है, पर खेडों आप खेडन की रुचि जी घट है, तो बंदे मतलब साढ़े ज़्यादा आलसी ने, तो
ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਸਿਰਫ ਖਿਡਾਰੀਆਂ ਨੂੰ ਖੇਡਦੇ ਹੋਏ ਨਾ ਦੇਖੀਏ, ਆਪ ਵੀ ਖੇਡਾਂ ਖੇਡੀਏ ਤਾਂ ਕਿ ਸਾਡੀ ਸਿਹਤ ਵਧੀਆ ਰਹੇ। ਠੀਕ ਹੈ ਬੱਚਿਓ, ਸੋ ਇਹ ਦੇਖੋ ਛੜ ਗ੍ਰਾਫ ਰਾਹੀਂ ਕਿੰਨਾ ਸਾਨੂੰ ਦੇਖਦੇ ਹੀ, ਕੋਈ ਹੁਣ ਸਾਨੂੰ ਸਾਰਣੀ ਪੜ੍ਹਨ ਦੀ ਲੋੜ ਨਹੀਂ, ਕੋਈ ਦੇਖਣ ਦੀ ਲੋੜ ਨਹੀਂ ਵੀ ਕਿੰਨੇ ਦੇਖਦੇ ਪਤਾ ਲੱਗਦਾ। ਦੇਖੋ ਜੀ ਕ੍ਰਿਕਟ ਦਾ ਜਿਹੜਾ ਗ੍ਰਾਫ ਹੈ ਸਭ ਤੋਂ ਉੱਚਾ ਹੈ, ਸੋ ਇਹ ਕੀ ਪਤਾ ਲੱਗਿਆ, ਸਭ ਤੋਂ ਹਰਮਨ ਪਿਆਰੀ ਖੇਡ ਹੈ। ਤੇ ਦੇਖਦੇ ਪਤਾ ਲੱਗਦਾ ਕਿ ਲਾਲ ਛੜ ਜਿਹੜੇ ਨੇ ਹਰੇ ਤੋਂ ਵੱਡੇ ਨੇ, ਅਰਥਾਤ ਲੋਕੀ ਖੇਡਾਂ ਖੇਡਣੀਆਂ ਘੱਟ ਪਸੰਦ ਕਰਦੇ ਨੇ ਪਰ ਖਿਡਾਰੀਆਂ ਨੂੰ ਖੇਡਦੇ ਦੇਖਣਾ ਜ਼ਿਆਦਾ ਪਸੰਦ ਕਰਦੇ ਨੇ। ਇਹ ਸਾਡੇ ਦੋਨੋਂ ਜਵਾਬ। ਇਹ ਬੱਚਿਓ ਗ੍ਰਾਫ ਦਾ ਫਾਇਦਾ ਹੁੰਦਾ ਹੈ ਵੀ ਇੱਕ ਨਜ਼ਰ ਮਾਰੀ ਗ੍ਰਾਫ ਦੇ ਉੱਤੇ, ਕੋਈ ਆਂਕੜੇ ਦੇਖਣ ਦੀ ਵੀ ਲੋੜ ਨਹੀਂ ਪਈ ਤੇ ਸਾਨੂੰ ਪੈਂਦੀ ਸੱਟੇ ਹੀ ਪਤਾ ਲੱਗ ਜਾਂਦਾ ਹੈ ਕਿ ਕੀ ਹੋ ਰਿਹਾ ਹੈ। ਠੀਕ ਹੈ, ਇਹ ਗ੍ਰਾਫ ਦੀ ਇੱਕ ਖੂਬੀ ਹੁੰਦੀ ਹੈ ਕਿ ਸਾਹਮਣੇ ਗ੍ਰਾਫ 2-3 ਸਕਿੰਟਾਂ ਲਈ ਦੇਖਿਆ ਤੇ ਅਸੀਂ ਉੱਤੋਂ ਕੋਈ ਨਾ ਕੋਈ ਸਿੱਟਾ ਜਿਹੜਾ ਹੈ ਕੱਢ ਲੈਂਦੇ ਹਾਂ। ਠੀਕ ਹੈ, ਹੁਣ ਆ ਗਿਆ ਪੰਜਵਾਂ ਤੇ ਆਖਰੀ ਸਵਾਲ। ਹੇਠਾਂ ਦਿੱਤੀ ਸਾਰਣੀ ਵਿੱਚ 7ਵੀਂ ਜਮਾਤ ਦੇ ਇੱਕ ਵਿਦਿਆਰਥੀ ਦੁਆਰਾ ਇੱਕ ਦਿਨ ਵਿੱਚ ਕੀਤੇ ਗਏ ਵੱਖ-ਵੱਖ ਕੰਮਾਂ ਤੇ ਬਿਤਾਇਆ ਗਿਆ ਸਮਾਂ ਘੰਟਿਆਂ ਵਿੱਚ ਦਿੱਤਾ ਗਿਆ ਹੈ। ਹੁਣ ਇੱਕ ਦਿਨ 'ਚ ਬੱਚਿਓ ਕਿੰਨੇ ਘੰਟੇ ਹੁੰਦੇ ਨੇ? 24 ਘੰਟੇ। ਅਰਥਾਤ ਜਦੋਂ ਅਸੀਂ ਇਹਨੂੰ ਜੋੜਾਂਗੇ ਤੇ ਸਾਨੂੰ 24 ਮਿਲਣਾ ਚਾਹੀਦਾ। 2 ਔਰ 2 4, 4 ਔਰ 3 7, 7 ਔਰ 1 8, 8 ਔਰ 8 16, 16 ਔਰ 8 24, 24 ਘੰਟੇ ਹੋ ਗਏ। ਸੋ ਇੱਕ ਜਿਹੜਾ ਵਿਦਿਆਰਥੀ ਹੈ, ਆਮ ਵਿਦਿਆਰਥੀ ਔਸਤਨ ਤੌਰ ਤੇ ਕਹਿੰਦੇ ਕਿਰਿਆ ਇਹ ਵਾਲੇ ਕੰਮ ਕਰਦਾ ਹੈ, ਉਹ ਸਕੂਲ ਜਾਂਦਾ ਹੈ, ਸੌਂਦਾ ਹੈ, ਖੇਡਦਾ ਹੈ, ਟੀਵੀ ਦੇਖਦਾ ਹੈ, ਪੜ੍ਹਦਾ ਹੈ ਤੇ ਹੋਰ ਕੰਮ, ਖਾਣਾ ਪੀਣਾ ਆ ਗਿਆ, ਨਹਾਉਣਾ ਧੋਣਾ ਆ ਗਿਆ ਜਾਂ ਹੋਰ ਛੋਟੇ ਮੋਟੇ ਕੰਮ ਹੋ ਗਏ। ਤੇ ਸਮਾਂ ਘੰਟਿਆਂ ਵਿੱਚ ਕਿੰਨਾ ਬਿਤਾਉਂਦਾ ਹੈ? ਸਕੂਲ ਦੇ ਵਿੱਚ 8 ਘੰਟੇ ਬਿਤਾਉਂਦਾ ਹੈ, ਸੌਣ ਲਈ 8 ਘੰਟੇ ਬਿਤਾਉਂਦਾ ਹੈ, ਖੇਡਣ ਲਈ 1 ਘੰਟਾ, ਟੀਵੀ ਦੇਖਣ ਲਈ 3 ਘੰਟੇ, ਪੜ੍ਹਨ ਲਈ 2 ਘੰਟੇ ਤੇ ਹੋਰ ਕੰਮਾਂ ਲਈ 2 ਘੰਟੇ। ਕਹਿੰਦੇ ਉੱਪਰ ਦਿੱਤੇ ਅੰਕੜਿਆਂ ਲਈ ਛੜ ਗ੍ਰਾਫ ਖਿੱਚੋ, ਇਸ ਤੋਂ ਤੁਸੀਂ ਕੀ ਸਿੱਟਾ ਕੱਢਦੇ ਹੋ? ਇੱਕੋ ਹੀ ਸਵਾਲ ਹੈ, ਛੜ ਗ੍ਰਾਫ ਨੂੰ ਖਿੱਚਣਾ ਹੈ ਅਤੇ ਫਿਰ ਉਹਦੇ ਤੋਂ ਸਿੱਟਾ ਕੱਢਣਾ। ਆਓ ਦੇਖੀਏ ਬੱਚਿਓ, ਬੜਾ ਸੌਖਾ ਸਵਾਲ ਹੈ। ਤੇ ਇਹ ਦੇਖੋ ਜੀ, ਇੱਥੇ ਅਸੀਂ ਸਿੱਟਾ ਲਿਖ ਦਿੱਤਾ, ਇਹ ਅਸੀਂ ਖੜੀਵੀਂ ਰੇਖਾ ਬਣਾਤੀ, ਇਹ ਲੇਟਵੀਂ ਰੇਖਾ ਬਣਾਤੀ, ਇੱਥੇ ਤੀਰ ਬਣਾਤਾ, ਇੱਥੇ ਤੀਰ ਬਣਾਤਾ, ਇੱਥੇ ਜ਼ੀਰੋ। ਸਕੇਲ ਇੱਕ ਇਕਾਈ ਬਰਾਬਰ 2 ਘੰਟੇ। ਠੀਕ ਹੈ ਬੱਚਿਓ, ਕਿਉਂਕਿ ਮੈਕਸੀਮਮ ਸਾਡੇ ਕੋਲ 8 ਘੰਟੇ ਨੇ, ਸੋ ਜੇ ਮੈਂ ਇਹਨੂੰ ਡਬਲ ਕਰਦਾ ਤੇ ਬੜਾ ਉੱਚਾ ਚਲਾ ਜਾਏਗਾ, ਤੇ ਮੈਂ ਇੱਕ ਇਕਾਈ ਨੂੰ 2 ਘੰਟੇ ਬਰਾਬਰ ਲੈ ਲਿਆ। ਇੱਥੇ 2, ਫਿਰ ਦੂਜੀ ਇਕਾਈ 4, 6 ਤੇ 8, ਤੇ 8 ਘੰਟੇ ਹੋ ਜਾਂਦਾ ਸਕੂਲ। ਤੋ ਮੈਂ ਇਹਦੇ ਬਰਾਬਰ ਦਾ ਇੱਕ ਛੜ ਗ੍ਰਾਫ ਤਿਆਰ ਕਰ ਦਿੱਤਾ ਤੇ ਫਿਰ ਉਹ ਸੌਂਦਾ ਵੀ 8 ਘੰਟੇ ਵੇ, ਸੋ ਇੱਥੇ ਵੀ ਇਹਦੇ ਬਰਾਬਰ ਦਾ ਇੱਕ ਛੜ ਦੂਜੇ ਰੰਗ ਦਾ ਦੇ ਦਿੱਤਾ ਤੇ ਇੱਥੇ ਲਿਖ ਦਿੱਤਾ ਸੌਣਾ, ਤੇ ਖੇਡਦਾ ਹੈਗਾ ਉਹ 1 ਘੰਟਾ। ਤੇ ਦੇਖੋ 1 ਘੰਟਾ, ਇਹ 2 ਘੰਟੇ ਨਾ, 13 ਅੱਧ ਹੋ ਗਿਆ 1 ਘੰਟਾ, ਇਹਦੇ ਬਰਾਬਰ ਮੈਂ ਇੱਕ ਇਹ ਛੜ ਬਣਾਤਾ। ਫਿਰ ਟੀਵੀ ਉਹ ਦੇਖਦਾ 3 ਘੰਟੇ, ਇਹ 4, ਇਹ 2, ਇਹਦੇ 4 ਦਾ ਮੱਧ ਬਿੰਦੂ ਆ ਜਾਏਗਾ, 2 ਔਰ 4 ਦਾ ਮੱਧ ਬਿੰਦੂ ਆ ਜਾਏਗਾ 3, ਸੋ ਇੱਥੇ ਮੈਂ ਦੇਖਿਆ ਇਹ ਬਣ ਗਿਆ 3। ਇਹ ਟੀਵੀ ਦੇਖਣਾ, ਇਹ ਕਿਹ ਬਣ ਗਿਆ? ਫਿਰ ਪੜ੍ਹਦਾ ਹੈ 2 ਘੰਟੇ, ਸੋ ਇਹਦੇ ਬਰਾਬਰ ਆ ਗਿਆ ਇਹ 2 ਘੰਟੇ ਪੜ੍ਹਦਾ। ਫਿਰ ਹੋਰ ਕੰਮ 2 ਘੰਟੇ ਲਾਉਂਦਾ ਹੈ, ਸੋ ਇੱਥੇ ਵੀ ਮੈਂ ਇਹਦੇ ਬਰਾਬਰ ਫੁੱਟਾ ਰੱਖ ਕੇ ਇੱਥੇ ਮੈਂ ਨਾਪ ਲਿਆ ਤੇ ਇਹ 2 ਘੰਟੇ ਦਾ ਛੜ ਬਣ ਗਿਆ। ਠੀਕ ਹੈ ਬੱਚਿਓ, ਸੋ ਇਹ ਵਿੱਥ ਦਾ ਖਿਆਲ ਰੱਖਣਾ, ਵਿੱਥ ਇੱਕੋ ਜਿਹੀ ਹੋਵੇ ਤੇ ਛੜਾਂ ਦੀ ਚੌੜਾਈ ਵੀ ਇੱਕੋ ਜਿਹੀ ਹੋਵੇ। ਸੋ ਇਹ ਜੀ ਕਿਰਿਆਵਾਂ, ਸੋ ਸਕੂਲ, ਸੌਣਾ, ਖੇਡਣਾ, ਟੀਵੀ ਦੇਖਣਾ, ਪੜ੍ਹਨਾ, ਹੋਰ। ਹੁਣ ਬੱਚੇ ਦੇਖੋ, ਇਹ ਗ੍ਰਾਫ ਤੋਂ ਪਤਾ ਲੱਗਦਾ ਹੈ ਸਭ ਤੋਂ ਵੱਧ ਸਮਾਂ ਕਿਸ ਚੀਜ਼ ਬਿਤਾਇਆ ਜਾਂਦਾ ਹੈ, ਸਕੂਲ ਵਿੱਚ ਤੇ ਸੌਣ ਵਿੱਚ। ਇਹ ਤਾਂ ਕੋਈ ਵੱਡੀ ਗੱਲ ਨਹੀਂ, ਸਿੱਟਾ ਕੱਢਣ ਵਾਲੀ ਗੱਲ ਨਹੀਂ, ਸਾਰੇ ਸੌਂਦੇ ਨੇ ਤੇ ਸਾਰੇ ਵਿਦਿਆਰਥੀ ਸਕੂਲ ਜਾਂਦੇ ਨੇ। ਅਸਲੀ ਗੱਲ ਅਸੀਂ ਇੱਥੋਂ ਸਿੱਟਾ ਕੱਢਦੇ ਹਾਂ ਤੇ ਇਹ ਕਿਰਿਆ। ਹੁਣ ਬੱਚਿਓ ਕੀ ਹੈ, ਇਹ ਸਾਫ਼ ਪਤਾ ਲੱਗਦਾ ਹੈ ਕਿ ਖੇਡਣ ਲਈ 1 ਘੰਟਾ, ਪੜ੍ਹਨ ਲਈ 2 ਘੰਟੇ ਤੇ ਟੀਵੀ ਦੇਖਣ ਲਈ 3 ਘੰਟੇ। ਲਓ ਜੀ, ਹੋਣਾ ਤਾਂ ਇਹ ਚਾਹੀਦਾ ਸੀ ਕਿ ਟੀਵੀ ਦੇਖਣਾ 1 ਘੰਟਾ ਹੁੰਦਾ ਜਾਂ ਅੱਧਾ ਘੰਟਾ ਹੁੰਦਾ ਤੇ ਪੜ੍ਹਨਾ 3 ਘੰਟੇ ਹੁੰਦਾ ਤੇ ਖੇਡਣਾ ਵੀ 2 ਘੰਟੇ ਹੋ ਜਾਂਦਾ ਤੇ ਜ਼ਿਆਦਾ ਵਧੀਆ ਰਹਿਣਾ ਸੀਗਾ, ਹਨਾ। ਸੋ ਛੜ ਗ੍ਰਾਫ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਬੱਚੇ ਪੜ੍ਹਨ ਅਤੇ ਖੇਡਣ ਨਾਲੋਂ ਜ਼ਿਆਦਾ ਘੰਟੇ ਟੀਵੀ ਦੇਖਣ ਵਿੱਚ ਬਿਤਾਉਂਦੇ ਹਨ। ਇਹ ਬੱਚਿਓ ਬੜੀ ਵੱਡੀ ਨੁਕਸਾਨ ਵਾਲੀ ਗੱਲ ਹੈ। ਇਹ 'ਚ ਦਿਮਾਗੀ ਨੁਕਸਾਨ ਵੀ ਹੋ ਗਿਆ ਕਿਉਂਕਿ ਪੜ੍ਹਾਈ ਘੱਟ ਗਈ ਤੇ ਸਿਹਤ ਦਾ ਨੁਕਸਾਨ ਵੀ ਹੋ ਗਿਆ ਕਿਉਂਕਿ ਖੇਡ ਦਾ ਸਮਾਂ ਘੱਟ ਗਿਆ। ਸੋ ਸਾਨੂੰ ਕਰਨਾ ਕੀ ਚਾਹੀਦਾ ਬੱਚਿਓ, ਇਹ ਟੀਵੀ ਦੇ ਜਿਹੜੇ 3 ਘੰਟੇ ਨੇ ਨਾ, ਇਹਨਾਂ ਨੂੰ 2 ਘੰਟੇ ਕੱਢ ਦੇਣੇ ਚਾਹੀਦੇ ਨੇ ਤੇ ਇਹਨੂੰ 1 ਘੰਟਾ ਕਰ ਦੇਣਾ ਚਾਹੀਦਾ। 1 ਘੰਟਾ ਕੀ, ਮੈਂ ਤੇ ਬੱਚਿਓ ਕਹਿੰਦਾ ਸਿਫਰ ਕਰ ਦੇਣਾ ਚਾਹੀਦਾ। ਤੁਹਾਨੂੰ ਪਤਾ ਹੈ ਬੱਚਿਓ, ਮੇਰੇ ਘਰ ਟੀਵੀ ਹੈ ਹੀ ਨਹੀਂ, ਮੈਂ ਆਪਣੇ ਘਰ ਟੀਵੀ ਰੱਖਿਆ ਹੀ ਨਹੀਂ, ਮੈਂ ਟੀਵੀ ਦੇਖਦਾ ਹੀ ਨਹੀਂ। ਠੀਕ ਹੈ, ਸੋ ਇਹ ਜੇ ਤੁਸੀਂ ਦੇਖਣਾ ਹੈ ਤੇ ਹੱਦ ਅੱਧਾ ਘੰਟਾ ਦੇਖ ਲਓ, ਅੱਧਾ ਘੰਟਾ ਹੱਦ, ਅੱਧਾ ਘੰਟਾ ਮੈਂ ਕਹਾਂ, ਇਸ ਤੋਂ ਵੱਧ ਨਹੀਂ ਕਦੀ ਵੀ। ਤੇ ਜਿਹੜੇ 2.5 ਘੰਟੇ 'ਚ ਬਚੇ ਤੇ 1.25 ਘੰਟੇ 'ਚ ਪਾ ਦਿਓ ਤੇ ਇਹ ਬਣ ਜਾਏਗਾ 1.25 ਘੰਟੇ 1 ਘੰਟੇ 'ਚ ਪਾ ਦਿਓ। ਠੀਕ ਹੈ ਨਾ, ਇਹ ਢਾਈ ਸੋਰੀ ਇਹ 'ਚੋਂ ਤੁਸੀਂ 2.5 ਘੰਟੇ ਕੱਢੇ ਨਾ, ਹਾਂ ਇਹ 'ਚੋਂ ਤੁਸੀਂ ਕੱਢਿਆ, ਇਹ ਅੱਧਾ ਘੰਟਾ ਕੱਢਤਾ, ਤੁਹਾਡੇ ਕੋਲ 2.5 ਘੰਟੇ ਬਚੇ। 2.5 ਘੰਟੇ 'ਚੋਂ ਅੱਧਾ ਘੰਟਾ ਤੁਸੀਂ ਇੱਥੇ ਪਾਤਾ ਤੇ ਤੁਸੀਂ ਖੇਡ ਦਾ ਸਮਾਂ ਕਰ ਦਵੋ 1.5 ਘੰਟਾ ਤੇ 2 ਘੰਟੇ 'ਚ ਪੜ੍ਹ ਦਿਓ ਪੜ੍ਹਨ 'ਚ ਤੇ 2 ਜਮ੍ਹਾਂ 2 4 ਘੰਟੇ ਕਰ ਦਿਓ, 4 ਘੰਟੇ ਪੜ੍ਹਨ ਦੇ ਕਰ ਦਿਓ ਤੇ ਦੇਖੋ ਬੱਚਿਓ, ਤੁਹਾਨੂੰ ਅਫਸਰ ਬਣਨ ਤੋਂ
कोई भी नौकरी प्राप्त करने तो कोई भी नहीं रोक सकता। तो फिर बैंक च मैनेजर लग सकते हो, आईएएस बन सकते हो, आईपीएस बन सकते हो, आईसीएस बन सकते हो, पीसीएस के पेपर क्लियर कर सकते हो, जे तुसी टीवी का समा घटा के अद्धे घंटे तो बाद बिल्कुल नहीं टीवी देखना, हो सके तो बिल्कुल जीरो कर दो, सिफर कर दो, ते पढ़ाई का बढ़ा दो, ते थोड़ा जहा खेडन का बढ़ा दो, ताकि थोड़ी हड्डियां भी मजबूत होन, थोड़ी मांसपेशियां भी मजबूत होन, पट्ठे भी मजबूत होन, ते थोड़ा वधना फुलना, तुहानू भुख भी वधिया लगेगी, नींद भी वधिया आएगी, सो सेहत भी वधिया आएगी, दिमाग भी वधिया आएगा, ते फिर बच्चों फिर सानू तरक्की तो कोई भी नहीं रोक सकता। सो ऐसी प्यारे विद्यार्थियों, तुहाडी अभ्यास नंबर 3.3 दे आखिरी तीन सवाल हुण इहदा, इस अभ्यास का एक मतलब कि इस पाठ का एक 3.4 अभ्यास बचे है, वो आने वाली वीडियो असं थोड़े लिए लैके आवेंगे। तुसी इसी तरह नेम के नाल उत्साह के नाल अपनी पढ़ाई करी चलो, ते अगले वीडियो तक लिए गुड बाय। थोड़ा सारे का बहुत बहुत धन्यवाद, रब रखा।